ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਟੂ ਦਾ ਪੁਆਇੰਟ ਵਿੱਚ ਅੱਜ ਗੱਲ ਹੋਵੇਗੀ ਨੋਟਾਂ 'ਤੇ, ਪੈਸਿਆਂ ਦੀ ਗੱਲ। ਤੁਸੀਂ ਦੀਵਾਲੀ ਵਾਲੇ ਬਹੁਤ ਸੁਣਦੇ ਹੋ, ਦੀਵਾਲੀ ਦੇ ਦੀਵੇ ਜਿਹੜੇ ਉਹ ਜਾਗਦੇ ਰਹਿਣ ਹਮੇਸ਼ਾ, ਸਾਰੇ ਤੁਹਾਨੂੰ ਵਧਾਈਆਂ ਵੀ ਦਿੰਦੇ ਆ ਅਤੇ ਅਸੀਂ ਕਹਿੰਦੇ ਹਾਂ ਸਾਡਾ ਮੁਲਕ ਆ ਜਿਹੜਾ ਉਹ ਆਰਥਿਕ ਪੱਖੋਂ ਵੀ ਤਰੱਕੀ ਕਰਦਾ ਰਹੇ। ਪਰ ਆਰਥਿਕ ਪੱਖੋਂ ਮੁਲਕ ਨੇ ਕਿਹੜੀ ਤਰੱਕੀ ਕੀਤੀ ਹੈ, ਕਿ ਅਰਥਚਾਰਾ ਦੇਸ਼ ਦਾ ਕਿੱਥੇ ਖੜ੍ਹਾ ਹੈਗਾ, ਕਿਉਂਕਿ ਸਭ ਕੁਝ ਉਸੇ ਨਾਲ ਜੁੜਿਆ ਹੋਇਆ। ਅਤੇ ਇਸੇ ਕਰਕੇ ਸਵਾਲ ਇਹ ਪੁੱਛਣਾ ਪੈ ਰਿਹਾ ਕਿ ਠੀਕ 2 ਸਾਲ ਪਹਿਲਾਂ 8 ਨਵੰਬਰ ਨੂੰ ਰਾਤ 8 ਵਜੇ ਭਾਰਤ ਦੇ ਪ੍ਰਧਾਨ ਮੰਤਰੀ ਇੱਕ ਅਨਾਊਂਸਮੈਂਟ ਕਰਦੇ ਆ, ਫੈਸਲਾ ਕਰਦੇ ਆ ਅਤੇ ਬਹੁਤਿਆਂ ਦੇ ਚਿਹਰੇ ਉਤਰ ਜਾਂਦੇ ਆ, ਹਫੜਾ ਦਫੜੀ ਮੱਚ ਜਾਂਦੀ ਹੈ। ਏਟੀਐਮ ਵੱਲ ਜਾਇਆ ਜਾਂਦਾ, ਬੈਂਕਾਂ ਵੱਲ ਸਵੇਰੇ ਜਾਇਆ ਜਾਂਦਾ ਅਤੇ 50 ਦਿਨ ਮੰਗੇ ਜਾਂਦੇ ਆ। 50 ਦਿਨ ਜਿਹਨਾਂ ਨੇ ਮੰਗੇ ਸੀਗੇ ਉਹ 2 ਸਾਲ ਬਾਅਦ ਕੀ ਜਵਾਬ ਦੇਣਗੇ, ਇਸੇ ਕਰਕੇ ਸਵਾਲ ਪੁੱਛਣ ਲਾਜ਼ਮੀ ਹੈ। ਨੋਟਬੰਦੀ 2 ਸਾਲ, ਕੀ ਹੈ ਭਾਰਤ ਦਾ ਹਾਲ? ਅੱਜ ਬਹਿਸ ਕਿਉਂ ਕਰ ਰਹੇ ਹਾਂ, ਜਿਹਨਾਂ ਬਿੰਦੂ 'ਤੇ ਬਹਿਸ ਕਰ ਰਹੇ ਹਾਂ, ਟੂ ਦਾ ਪੁਆਇੰਟ ਵੇ ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸ ਦਈਏ ਅਤੇ ਉਸ ਤੋਂ ਬਾਅਦ ਇਹ ਬਹਿਸ ਸ਼ੁਰੂ ਕਰਾਂਗੇ। 2 ਸਾਲ ਪਹਿਲਾਂ 8 ਨਵੰਬਰ ਨੂੰ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਸਮਝ ਹੀ ਨਹੀਂ ਹੈਗੀ ਸੀ ਕਿਸੇ ਨੂੰ ਕਿ ਨੋਟਬੰਦੀ ਹੁੰਦੀ ਕੀ ਆ। ਉਸ ਦਿਨ ਪਤਾ ਲੱਗ ਗਿਆ ਜਦੋਂ ਜੇਬ 'ਚੋਂ ਪੈਸੇ ਮੁੱਕਣੇ ਸ਼ੁਰੂ ਹੋ ਗਏ। 500 ਅਤੇ 1000 ਦੇ ਨੋਟਾਂ ਨੂੰ ਲੀਗਲ ਟੈਂਡਰ ਵਜੋਂ ਮਾਨਤਾ ਰਾਤੋ ਰਾਤ ਹੀ ਰੱਦ ਕਰ ਦਿੱਤੀ ਗਈ ਅਤੇ ਦਿਨ ਮੰਗ ਲਏ ਗਏ 50। ਕਾਲਾ ਧਨ, ਜਾਲੀ ਕਰੰਸੀ, ਦਹਿਸ਼ਤਗਰਦੀ ਸਣੇ ਕਈ ਮੁੱਦਿਆਂ 'ਤੇ ਅਸਰ ਦਾ ਦਾਅਵਾ ਕੀਤਾ ਗਿਆ। ਇਸ ਸਭ ਦੇ ਚਾਲੇ ਨਕਸਲੀ ਆ ਜਿਹੜੀ ਮੂਵਮੈਂਟ ਉਸ 'ਤੇ ਸ਼ਿਕੰਜਾ ਕੱਸਿਆ ਜਾਵੇਗਾ, ਪੱਥਰਬਾਜ਼ਾਂ 'ਚ ਸ਼ਿਕੰਜਾ ਕੱਸਿਆ ਜਾਵੇਗਾ, ਬਹੁਤ ਕੁਛ ਕਿਹਾ ਗਿਆ, ਭ੍ਰਿਸ਼ਟਾਚਾਰ 'ਤੇ ਸ਼ਿਕੰਜਾ ਕੱਸਿਆ ਜਾਵੇਗਾ। ਨੋਟਬੰਦੀ ਨਾਲ ਆਮ ਆਦਮੀ, ਨੌਕਰੀ ਪੇਸ਼ਾ ਸਣੇ ਲੱਖਾਂ ਕਾਰੋਬਾਰੀ ਜ਼ਿੰਦਗੀ ਨੇ ਪਲਟੀ ਮਾਰ ਦਿੱਤੀ। ਏਟੀਐਮ ਸਣੇ ਬੈਂਕਾਂ ਅੱਗੇ ਲੰਮੀਆਂ ਕਤਾਰਾਂ ਲੱਗ ਗਈਆਂ, 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਵੱਡੀ ਤਾਦਾਦ ਵਿੱਚ ਵਿਆਹ, ਮੌਤ ਦੀਆਂ ਰਸਮਾਂ ਵੀ ਰੁਕੀਆਂ, 2 ਡੰਗ ਰੋਟੀ ਦੀ ਵੀ ਮੁਥਾਜੀ ਸਾਹਮਣੇ ਆ ਕਿ ਲਾਲੇ ਪੈ ਗਏ ਰੋਟੀ ਦੇ ਵੀ। ਨੋਟਬੰਦੀ ਦੇ ਫੈਸਲੇ ਨੂੰ ਮੋਦੀ ਦੇ ਸਿਆਸੀ ਵਿਰੋਧੀਆਂ ਨੇ ਘੁਟਾਲਾ ਕਰਾਰ ਦੇ ਦਿੱਤਾ। ਆਰਬੀਆਈ ਦੇ ਅੰਕੜੇ ਨੇ ਨੋਟਬੰਦੀ ਅਤੇ ਸਰਕਾਰੀ ਨੀਤੀਆਂ 'ਤੇ ਹਾਮੀ ਨਹੀਂ ਭਰੀ। ਟੈਕਸ ਕਲੈਕਸ਼ਨ ਅਤੇ ਡਿਜੀਟਲ ਟ੍ਰਾਂਜੈਕਸ਼ਨ ਵਿੱਚ ਵਾਧਾ ਦਾ ਸਰਕਾਰ ਨੇ ਆਪਣੀ ਪਿੱਠ ਥਾਪੜੀ, ਪ੍ਰਚਾਰ ਵੀ ਕੀਤਾ ਗਿਆ ਕਿ ਅਸੀਂ ਇਹ ਫੈਸਲਾ ਲਿਆ ਅਤੇ ਪਹਿਲੀ ਵਾਰੀ ਹੈ ਕਿ ਕਿਸੇ ਪ੍ਰਧਾਨ ਦੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਹੋ ਜਿਹਾ ਫੈਸਲਾ ਲਿੱਤਾ ਦ੍ਰਿੜਤਾ ਵਾਲਾ। ਸਰਕਾਰ ਨੇ ਅਮੀਰਾਂ ਦਾ ਖਜ਼ਾਨਾ ਖਾਲੀ ਕਰਨ ਅਤੇ ਭ੍ਰਿਸ਼ਟਾਚਾਰ ਅਤੇ ਨਕੇਲ ਕੱਸਣ ਨੂੰ ਖੂਬ ਪ੍ਰਚਾਰਿਆ ਅਤੇ ਇਸ ਦਾ ਅਸਰ ਚੋਣਾਂ ਵਿੱਚ ਵੀ ਦੇਖਣ ਨੂੰ ਮਿਲਿਆ। ਹਾਲਾਂਕਿ ਚੋਣਾਂ ਇੱਕ ਮੁੱਦੇ 'ਤੇ ਨਹੀਂ ਹੁੰਦੀਆਂ, ਪਰ ਚੋਣਾਂ 'ਤੇ ਅਸਰ ਤਾਂ ਜ਼ਰੂਰ ਹੋਇਆ ਅਤੇ ਭਾਰਤ 'ਤੇ ਕੀ ਅਸਰ ਹੋਇਆ, ਸਵਾਲ ਇੱਕੋ ਹੀ ਪੁੱਛਾਂਗੇ। ਸਵਾਲ ਇਹ ਪੁੱਛਾਂਗੇ, ਨੋਟਬੰਦੀ ਦੇ 2 ਸਾਲ ਪੂਰੇ ਹੋਣ ਦਾ ਜਸ਼ਨ ਕਿਉਂ ਨਹੀਂ ਮਨਾਉਂਦੀ ਕੇਂਦਰ ਸਰਕਾਰ? ਇਸ ਸਵਾਲ 'ਤੇ ਅਸੀਂ ਚਰਚਾ ਕਰ ਰਹੇ ਹਾਂ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤਾਰਫ ਕਰਾ ਰਿਹਾ। ਡਾਕਟਰ ਹਿਮਾਂਸ਼ੂ ਰਾਮਪਾਲ, ਇਕਨੋਮਿਸਟ ਨੇ, ਅਰਥਚਾਰੇ ਬਾਰੇ ਚੰਗੀ ਤਰ੍ਹਾਂ ਸਮਝਦੇ ਅਰਥਸ਼ਾਸਤਰੀ ਨੇ। ਹਿਮਾਂਸ਼ੂ ਰਾਮਪਾਲ ਜੀ, ਤੁਹਾਡਾ ਬਹੁਤ ਸਵਾਗਤ ਹੈ। ਅਰਵਿੰਦ ਮਿੱਤਲ, ਭਾਰਤੀ ਜਨਤਾ ਪਾਰਟੀ ਤੋਂ ਨੇ, ਮਿੱਤਲ ਸਾਹਿਬ ਲਈ ਡਿਬੇਟ ਤੁਹਾਡੀ ਜੋਖੀ ਹੋ ਸਕਦੀ ਹੈ। ਮਿੱਤਲ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਅਤੇ ਰਣਜੀਤਾ ਮਹਿਤਾ ਕਾਂਗਰਸ ਤੋਂ ਨੇ, ਇਹ ਰਣਜੀਤਾ ਮਹਿਤਾ ਦੀ ਪਾਰਟੀ ਇਲਜ਼ਾਮ ਲਾਉਂਦੀ ਹੈ ਭਾਰਤੀ ਜਨਤਾ ਪਾਰਟੀ ਦੀ ਕਿ ਇਹਨਾਂ ਨੇ ਘੁਟਾਲਾ ਕਰ ਦਿੱਤਾ ਹੈਗਾ, ਔਰਗਨਾਈਜ਼ਡ ਇਹਨੂੰ ਸਕੈਮ ਦੱਸਦੇ ਹੈਗੇ। ਰਣਜੀਤਾ ਮਹਿਤਾ, ਤੁਹਾਡਾ ਬਹੁਤ ਸਵਾਗਤ ਹੈ। ਰਮੇਸ਼ ਚਾਵਲਾ, ਸਨਅਤਕਾਰ ਨੇ, ਇੰਡਸਟਰੀਸਟ ਨੇ, ਅਤੇ ਰਮੇਸ਼ ਚਾਵਲਾ ਹਰ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਨਅਤ ਨੂੰ ਕੀ ਦਿੱਕਤਾਂ ਆਈਆਂ, ਕਿਉਂਕਿ ਸਨਅਤ ਦੇ ਨਾਲ ਛੋਟੇ ਮੋਟੇ ਵੱਡੇ ਛੋਟੇ ਕਾਰੋਬਾਰੀ ਸਭ ਜੁੜੇ ਹੋਏ ਆ। ਰਮੇਸ਼ ਚਾਵਲਾ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਅਰਵਿੰਦ ਮਿੱਤਲ ਸਾਹਿਬ ਤੁਹਾਨੂੰ ਕਰਨਾ ਚਾਹੁੰਗਾ। ਅਰਵਿੰਦ ਮਿੱਤਲ ਸਾਹਿਬ, ਸਰਜੀਕਲ ਸਟ੍ਰਾਈਕ ਦੇ 2 ਸਾਲ ਪੂਰੇ ਹੋਏ, ਤੁਸੀਂ ਜਸ਼ਨ ਮਨਾਇਆ, ਨੋਟਬੰਦੀ ਦੇ 2 ਸਾਲ ਪੂਰੇ ਹੋਣ 'ਤੇ ਜਸ਼ਨ ਕਿਉਂ ਨਹੀਂ ਮਨਾਉਂਦੇ? ਦੇਖੋ, ਨੋਟਬੰਦੀ ਜਿਹੜਾ ਹੈਗਾ ਉਹਦੇ 'ਚ ਕਈ ਚੀਜ਼ਾਂ ਸੀਗੀਆਂ ਕਿ ਫੇਕ ਕਰੰਸੀ ਚੱਲਦੀ ਸੀ ਔਰ ਫੇਕ ਕਰੰਸੀ ਦੇ ਸਿਰ ਦੇ ਉੱਤੇ ਬਾਹਰਲੀਆਂ ਜੋ ਤਾਕਤਾਂ ਹੈ ਉਹ ਹਿੰਦੁਸਤਾਨ ਦੇ ਵਿੱਚ ਆਤੰਕਵਾਦ ਵੀ ਫੈਲਾਉਂਦੀਆਂ ਸੀ ਔਰ ਹਿੰਦੁਸਤਾਨ ਦੇ ਵਿੱਚ ਇੱਕ ਇਕਨੋਮੀ ਪੈਰਲਲ ਚੱਲੀ ਹੋਈ ਸੀ, ਬਲੈਕ ਮਨੀ ਦੀ ਇੱਕ ਇਕਨੋਮੀ ਪੈਰਲਲ ਚੱਲੀ ਹੋਈ ਸੀ। ਇਹਨਾਂ ਚੀਜ਼ਾਂ ਦਾ ਕੋਰਸ ਕਰੈਕਸ਼ਨ ਹਿੰਦੁਸਤਾਨ ਦੇ ਵਿੱਚ ਕਰਨ ਦਾ ਜਿਹੜਾ ਇੱਕ ਕੰਮ ਸੀ ਉਸ ਦੇ ਬਾਰੇ 'ਚ ਬੜੇ ਲੰਬੇ ਸਮੇਂ ਤੋਂ ਗੱਲਾਂ ਚੱਲਦੀਆਂ ਆ ਰਹੀਆਂ ਸੀਗੀਆਂ। ਡਾਕਟਰ ਮਨਮੋਹਨ ਸਿੰਘ ਬੜੇ ਅੱਛੇ ਇਕਨੋਮਿਸਟ ਵੀ ਹੈ, 10 ਸਾਲ ਪ੍ਰਧਾਨ ਮੰਤਰੀ ਵੀ ਰਹੇ ਹਿੰਦੁਸਤਾਨ ਦੇ, ਫਾਈਨਾਂਸ ਮਿਨਿਸਟਰ ਵੀ ਰਹੇ, ਉਹਨਾਂ ਨੇ ਵੀ ਕਈ ਵਾਰ ਇਹਨਾਂ ਦੇ ਬਾਰੇ 'ਚ ਜ਼ਿਕਰ ਕੀਤਾ ਔਰ ਇਹ ਵੀ ਗੱਲ ਚੱਲਦੀ ਰਹੀ ਕਿ ਕਿਸੇ ਤਰੀਕੇ ਦੇ ਨਾਲ ਬਲੈਕ ਮਨੀ ਦੇ ਉੱਤੇ ਕੰਟਰੋਲ ਕੀਤਾ ਜਾਵੇ, ਲੇਕਿਨ ਉਸ ਦੇ ਉੱਤੇ ਕੋਈ ਕਾਮਯਾਬੀ ਜਾਂ ਕੋਈ ਵੱਡਾ ਫੈਸਲਾ ਨਹੀਂ ਲੈ ਸਕੇ। ਇਹ ਫੈਸਲਾ ਠੀਕ ਹੈ, ਨੋਟਬੰਦੀ ਜਦੋਂ ਵੀ ਕਿਸੇ ਵੀ ਦੁਨੀਆ ਦੇ ਦੇਸ਼ ਦੇ ਵਿੱਚ ਹੋਈ ਹੈ ਉਸਦਾ ਇਕਨੋਮੀ ਦੇ ਉੱਤੇ ਅਸਰ ਜ਼ਰੂਰ ਪਿਆ। ਇਹ ਕੋਈ ਨਵਾਂ ਫਾਰਮੂਲਾ ਨਹੀਂ ਹੈ ਕਿ ਸਿਰਫ ਹਿੰਦੁਸਤਾਨ 'ਤੇ ਪਿਆ, ਦੁਨੀਆ 'ਚ ਜਿੱਥੇ ਵੀ ਹੋਇਆ ਉੱਥੇ ਇਹਦਾ ਅਸਰ ਜ਼ਰੂਰ ਪਿਆ। ਨਹੀਂ, ਮੈਂ ਕੰਮ ਨਹੀਂ ਕਹਿੰਦਾ, ਫਿਰ ਜਸ਼ਨ ਕਿਉਂ ਨਹੀਂ ਮਨਾਉਂਦੇ? ਮੈਂ ਸਵਾਲ ਸਿੰਪਲ ਕਰ ਰਿਹਾ, ਤੁਸੀਂ ਸਿੰਪਲ ਸਵਾਲ ਦਾ ਸਿੰਪਲ ਜਵਾਬ ਦਿਓ। ਹਾਂ ਜਾਂ ਨਾ 'ਚ ਜਵਾਬ ਨਹੀਂ ਹੋ ਸਕਦਾ, ਕਿਉਂਕਿ ਇਹ ਜਸ਼ਨ, ਚਲੋ ਮੈਨੂੰ ਤੁਸੀਂ 2 ਮਿੰਟ ਲੈ ਲਓ, 5 ਮਿੰਟ ਲੈ ਲਓ, ਪੂਰਾ ਸੈਗਮੈਂਟ ਤੁਹਾਨੂੰ ਦੇ ਰਿਹਾ ਹਾਂ, ਜਸ਼ਨ ਕਿਉਂ ਨਹੀਂ ਮਨਾਉਂਦੇ? ਮੈਨੂੰ ਸਵਾਲ ਜਵਾਬ ਦਿਓ। ਮੈਂ ਤੁਹਾਨੂੰ ਗੱਲ ਸਾਰੀ ਦੱਸ ਰਿਹਾ ਹਾਂ, ਸਵਾਲ ਜਸ਼ਨ ਮਨਾਉਣ ਦਾ ਜਾਂ ਨਾ ਮਨਾਉਣ ਦਾ ਨਹੀਂ ਹੈ, ਸਵਾਲ ਇਹ ਹੈ ਕਿ ਅਸੀਂ ਚੀਜ਼ਾਂ ਨੂੰ ਕਰੈਕਸ਼ਨ ਦੇ ਵੱਲ ਲੈ ਕੇ ਜਾਣਾ ਤਾਂ ਉਹ ਇੱਕ ਪ੍ਰੋਸੈਸ ਹੈ।
ਇੱਕ ਪ੍ਰੋਸੈਸ ਦੇ ਵਿੱਚ ਚੀਜ਼ਾਂ ਚੱਲਦੀਆਂ ਹੈ। ਸਵਾਲ ਸੌਖਾ ਕਰ ਦਵਾਂ, ਮੈਂ ਸਵਾਲ ਸੌਖਾ ਕਰ ਦਵਾਂ, ਚਲੋ ਕਿੰਨੇ ਸਾਲ ਬਾਅਦ ਅਸੀਂ ਨੋਟਬੰਦੀ ਦਾ ਜਸ਼ਨ ਮਨਾ ਸਕਦੇ? ਨਹੀਂ ਸਵਾਲ ਜਸ਼ਨ, ਫਿਰ ਤੁਸੀਂ ਜਸ਼ਨ ਤੇ ਆ ਗਏ, ਮੁੱਦਾ ਜਸ਼ਨ ਦਾ ਨਹੀਂ ਹੈ। ਸਰਜੀਕਲ ਸਟ੍ਰਾਈਕ ਦੇ ਨਾਲ ਤੁਸੀਂ ਇਹਨੂੰ ਨਹੀਂ ਕੰਪੇਅਰ ਕਰ ਸਕਦੇ। ਸਰਜੀਕਲ ਸਟ੍ਰਾਈਕ ਇਜ਼ ਏ ਐਪੀਸੋਡ। ਤੁਸੀਂ ਪ੍ਰਚਾਰ ਕੀਤਾ, ਪਹਿਲੇ ਇੱਕ ਮਿੰਟ ਸਮਝ ਲਓ, ਤੁਸੀਂ ਪ੍ਰਚਾਰ ਕੀਤਾ, ਅਸੀਂ ਬਲੈਕ ਮਨੀ ਤੇ ਸਟ੍ਰਾਈਕ ਕੀਤਾ, ਮੈਂ ਤਾਂ ਨਹੀਂ ਪ੍ਰਚਾਰ ਕੀਤਾ ਮਿੱਤਲ ਸਾਹਿਬ, ਤੁਸੀਂ ਪ੍ਰਚਾਰ ਕੀਤਾ, ਤੁਹਾਡੇ ਪ੍ਰਚਾਰ ਦਾ ਸਵਾਲ ਤੁਹਾਡੇ ਅੱਗੇ ਰੱਖਿਆ ਮੈਂ। ਕੇਪੀ ਜੀ, ਮੈਂ ਤੁਹਾਨੂੰ ਉਹੀ ਦੱਸ ਰਿਹਾ, ਸਰਜੀਕਲ ਸਟ੍ਰਾਈਕ ਇੱਕ ਕਾਰਵਾਈ ਹੋਈ ਜਿਹੜੀ ਕਿ ਇੱਕ ਲਿਮਿਟਡ ਪੀਰੀਅਡ ਦੀ ਕਾਰਵਾਈ ਸੀ, ਉਹ ਕਾਰਵਾਈ ਕਾਮਯਾਬੀ ਦੇ ਨਾਲ ਹੋਈ, ਇਸ ਕਰਕੇ ਦੇਸ਼ ਉਸ ਦੇ ਵਕਤ ਖੁਸ਼ੀ ਮਨਾਉਂਦਾ। ਪਹਿਲੇ ਜਿਹੜਾ ਜਿਹੜਾ ਨਹੀਂ ਮਨਾਈ, ਸੁਣ ਲਓ, ਦੂਜੇ ਸਾਲ ਮਨਾਉਂਦਾ, ਦੇਸ਼ ਮਨਾਉਂਦਾ, ਸਰਕਾਰ ਮਨਾਵੇ ਨਾ ਮਨਾਵੇ, ਦੇਸ਼ ਇਸ ਗੱਲ ਦੇ ਵਿੱਚ, ਦੇਸ਼ ਇਸ ਗੱਲ ਦੇ ਵਿੱਚ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦਾ ਕਿ ਸਾਡੀ ਆਰਮੀ ਇਹਦੇ ਵਿੱਚ ਪ੍ਰਾਊਡ ਨਹੀਂ ਹੈਗਾ ਨਾ ਆਪਾਂ ਨੂੰ। ਪਹਿਲੇ ਇੱਕ ਮਿੰਟ ਸੁਣ ਲਓ, ਨੋਟਬੰਦੀ ਦਾ ਇੱਕ ਪ੍ਰੋਸੈਸ ਹੈ, ਲੈਂਥੀ ਪ੍ਰੋਸੈਸ ਹੈ, ਉਸਦੇ ਵਿੱਚ ਕਈ ਸਟੈਪਸ ਨੇ, ਉਸ ਸਟੈਪਸ ਦੇ ਨਾਲ ਚੀਜ਼ਾਂ ਚੱਲਦੀਆਂ, ਕੁਝ ਚੀਜ਼ਾਂ ਸਾਨੂੰ ਇੱਕਦਮ ਨਜ਼ਰ ਆਉਂਦੀਆਂ, ਕੁਝ ਚੀਜ਼ਾਂ ਤੁਹਾਨੂੰ ਸਲੋ ਨਜ਼ਰ ਆਉਂਦੀਆਂ। ਵਾਪਸ ਜਿਹੜੀਆਂ ਵਾਪਸ ਆਉਂਦਾ, ਤੁਸੀਂ ਬਿਲਕੁਲ ਸਹੀ ਕਿਹਾ ਕਿ ਲੰਬਾ ਪ੍ਰੋਸੈਸ ਹੈ, ਇਸ ਲਈ ਆਰ ਬੀ ਆਈ ਨੂੰ ਬੜਾ ਟਾਈਮ ਲੱਗ ਗਿਆ ਨੋਟਾਂ ਦੀ ਗਿਣਤੀ ਕਰਨ ਲੱਗਾ। ਜੀ ਤਾਂ ਮੈਂ ਤਾਂ, ਤੁਸੀਂ ਬੜੀ ਜਲਦੀ ਗਿਣਤੀ ਕਰ ਲਈ, ਇੱਕ ਮਿੰਟ ਚੁੱਕਾ ਤਾਂ ਘੁਟਾਲਾ। ਮੈਂ ਬਹੁਤ ਹੱਸੀ ਵੀ ਆਉਂਦੀ ਹੈ ਤੇ ਬਹੁਤ ਵਿਚਾਰ ਕਰਨ ਵਾਲੀ ਬਾਤ ਗੱਲ ਹੈਗੀ ਹੈ ਕਿ ਜਿਹੜੀ ਨੋਟਬੰਦੀ ਹੋਈ, ਪੂਰੇ ਦੇਸ਼ ਦੇ ਵਿੱਚ ਇੱਕ ਮੈਸੇਜ ਦੇਣਾ ਚਾਹ ਰਹੇ ਸੀਗੇ ਕਿ ਵੀ ਇੰਨਾ ਕਾਲਾ ਧਨ ਹੈ, ਇੰਨਾ ਕਾਲਾ ਧਨ ਹੈ ਜੋ ਮੋਦੀ ਜੀ ਦੀ ਚੁਟਕੀ ਵਜਾਉਣ ਨਾਲ, ਨੋਟਬੰਦੀ ਕਰਨ ਨਾਲ ਵਾਪਸ ਆ ਰਿਹਾ ਹੈ। ਦੁਰਭਾਗਿਆ ਦੇਖੋ ਕਿ 15,41,000 ਕਰੋੜ ਦੀ ਕਰੰਸੀ, ਜਿਹੜੀ ਕਿ ਉਸ ਸਮੇਂ ਅਨੁਮਾਨ ਲਗਾਇਆ ਜਾ ਰਿਹਾ ਸੀਗਾ ਕਿ 500 ਤੇ 1,000 ਦੇ ਨੋਟ ਹੈਗੇ ਨੇ, ਜਿਹਦੇ ਕਰਕੇ ਇਹ ਕਹਿੰਦੇ ਸੀਗੇ ਕਿ ਬਲੈਕ ਮਨੀ ਹੈਗੀ ਹੈ, ਇਹਦੇ ਨਾਲ ਭ੍ਰਿਸ਼ਟਾਚਾਰ ਵੱਧ ਰਿਹਾ, ਇਹਦੇ ਨਾਲ ਆਤੰਕਵਾਦ ਵੱਧ ਰਿਹਾ। ਟੋਟਲ 15,31,000 ਤਾਂ ਵਾਪਸ ਹੀ ਆ ਗਿਆ ਜਨਾਬ, ਸਿਰਫ 10,000 ਕਰੋੜ ਜਿਹੜੀ ਵਾਪਸੀ ਨਹੀਂ ਹੋਈ, ਉਹਦੇ ਵਿੱਚ ਵੀ ਉਹ ਬਹੁਤ ਮਾਮੂਲੀ ਜਿਹੀ ਰਕਮ ਹੈ, ਇਟ ਇਜ਼ 99.3% ਜਿਹੜਾ ਕਿ ਪੈਸਾ ਵਾਪਸ ਆ ਗਿਆ। ਉਹ ਜਿਹੜਾ ਪੈਸਾ ਵਾਪਸ ਨਹੀਂ ਆਇਆ, ਉਹਦੇ ਵਿੱਚ ਅਗਰ ਆਪਾਂ ਭੂਟਾਨ ਔਰ ਨੇਪਾਲ ਜਿਹੜੇ ਸਾਡੇ ਪੜੋਸੀ ਮੁਲਕ ਨੇ ਜਿੱਥੇ ਇੰਡੀਅਨ ਕਰੰਸੀ ਯੂਜ਼ ਹੁੰਦੀ ਹੈ, ਦੂਜੇ ਤਰੀਕੇ ਸਮਝ ਲਾ, ਮੈਨੂੰ ਬਲੈਕ ਮਨੀ ਵਾਈਟ ਤਾਂ ਨਹੀਂ ਹੋਗੀ, ਕਿੱਥੋਂ ਵਾਈਟ ਹੋ ਗਈ? ਮੈਂ ਤੁਹਾਨੂੰ ਇਹ ਤਾਂ ਦੱਸ ਰਹੀ ਹਾਂ ਕਿ ਟੋਟਲ ਬਲੈਕ ਮਨੀ ਸੀਗੀ ਨਹੀਂ, ਇਹਨਾਂ ਨੇ ਰੋਲਾ ਪਾਇਆ ਵੈਸੇ ਇੰਨਾ ਜ਼ਿਆਦਾ ਕਿ ਬੈਂਕਾਂ ਦੇ ਵਿੱਚ ਕਾਲਾ ਧਨ ਹੈ ਹੀ ਨਹੀਂ, ਕਾਲਾ ਧਨ ਸੀਗਾ ਇੰਨਾ ਨਹੀਂ ਸੀਗਾ 3,000 ਕਰੋੜ ਫੜਨ ਵਾਸਤੇ 12,500 ਕਰੋੜ ਦੀ ਕਰੰਸੀ ਛਾਪੀ ਜਾਵੇ, ਇੰਨਾ ਕਾਲਾ ਧਨ ਨਹੀਂ ਸੀਗਾ। ਅੱਜ ਮੋਦੀ ਜੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਉਹਨਾਂ ਬਜ਼ੁਰਗਾਂ ਤੋਂ ਜਿਨ੍ਹਾਂ ਦੀ ਲਾਈਨਾਂ 'ਚ ਖੜੇ ਹੋ ਕੇ ਮੌਤ ਹੋਈ, ਅੱਜ ਮੋਦੀ ਜੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਉਹਨਾਂ ਗ੍ਰਹਿਣੀਆਂ ਤੋਂ ਜਿਨ੍ਹਾਂ ਨੇ ਵਿਚਾਰੇ ਨੇ 100-100, 200-500 ਰੁਪਏ ਇਕੱਠੇ ਕਰਕੇ ਆਪਣੇ ਬੱਚਿਆਂ ਵਾਸਤੇ ਪੈਸੇ ਜੋੜੇ ਹੋਏ ਸੀ, ਉਹ ਸਾਰਾ ਕੁਛ ਇਹਨਾਂ ਨੇ ਬਾਹਰ ਕਢਾਇਆ, ਇੱਕ ਇੱਕ ਗ੍ਰਹਿਣੀ ਨੂੰ ਚੋਰ ਸਾਬਿਤ ਕੀਤਾ, ਇੱਕ ਇੱਕ ਜਿਹੜੀ ਫੈਮਿਲੀ ਦਾ ਮੈਂਬਰ ਸੀਗਾ ਉਹਨਾਂ ਨੂੰ ਲਾਈਨਾਂ 'ਚ ਖੜਾ ਕਰਵਾਇਆ, ਲੋਕਾਂ ਦੀ ਮੌਤ ਹੋਈ, ਉਹਦੇ ਉੱਪਰ ਜਸ਼ਨ ਮਨਾਉਣਗੇ? ਇਹਨਾਂ ਨੂੰ ਅੱਜ ਮੰਨਣੀ ਚਾਹੀਦੀ ਹੈ ਕਿ ਮੋਦੀ ਜੀ ਇਸ ਗੱਲ ਤੋਂ ਮਾਫ਼ੀ ਮੰਗਣ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ, ਜੋ ਮੈਂ ਅਨੁਮਾਨ ਲਗਾ ਰਿਹਾ ਸੀਗਾ ਉਹ ਮੇਰੇ ਟੋਟਲੀ ਅਨੁਮਾਨ ਗਲਤ ਸੀਗੇ, ਔਰ ਬਿਨਾਂ ਕਿਸੇ ਤੋਂ ਕੰਸਲਟ ਕੀਤੇ, ਬਿਨਾਂ ਕਿਸੇ ਮੀਟਿੰਗ ਤੋਂ ਅਪਰੂਵ ਕਰਾਏ ਖੜੇ ਹੋ ਕੇ ਪ੍ਰਧਾਨ ਮੰਤਰੀ ਜੀ ਰਾਤ ਨੂੰ ਅਨਾਊਂਸ ਕਰ ਰਹੇ ਨੇ। ਹਾਲਾਂਕਿ ਗਵਰਨਰ ਬੋਡੀ RBI ਵੱਲੋਂ ਇਹ ਅਨਾਊਂਸ ਹੁੰਦੇ, ਕਦੀ ਪ੍ਰਧਾਨ ਮੰਤਰੀ ਅਨਾਊਂਸ ਨਹੀਂ ਕਰਦਾ, ਪਰ ਪ੍ਰਧਾਨ ਮੰਤਰੀ ਜੀ ਨੂੰ ਪਤਾ ਕਿ ਸ਼ਰਾਇ ਲੈਣਾ ਤਾਂ ਆਪਾਂ ਹੁੰਦੇ, ਪਰ ਜਦੋਂ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਤੁਸੀਂ ਚੁੱਪ ਕਿਉਂ, ਤਾਂ ਆਪਾਂ ਮਨ ਦੀ ਬਾਤ ਕਦੇ ਵੀ ਕਰਦੇ ਨਹੀਂ ਹੈਗੇ। ਪ੍ਰਧਾਨ ਮੰਤਰੀ ਮੋਦੀ ਜੀ ਦੀ ਟੋਟਲੀ ਤਾਂ ਵਿਫਲ ਰਹੇ ਨੇ। ਵਾਪਸ ਆਉਂਗਾ ਰਜੀਤਾ ਮੈਂ ਤੁਹਾਡੇ ਕੋਲ, ਸਮਾਂਸ਼ੂ ਜੀ, ਮੋਦੀ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਬਹੁਤ ਦ੍ਰਿੜਤਾ ਵਾਲਾ ਫੈਸਲਾ ਸੀ, ਇਹ ਕੋਈ ਹਰ ਕੋਈ ਪ੍ਰਧਾਨ ਮੰਤਰੀ ਨਹੀਂ ਲੈ ਸਕਦਾ ਫੈਸਲਾ, ਇੰਨੇ ਲੰਬੇ ਸਾਲਾਂ ਤੋਂ ਬਾਅਦ ਇਹੋ ਜਿਹਾ ਫੈਸਲਾ ਹੋਇਆ, ਕਿ ਸਿਰਫ ਇੱਥੇ ਹੀ ਰੁਕ ਜਾਵੇ ਕਿ 2 ਸਾਲ ਬਾਅਦ ਸਾਡੇ ਹੱਥ ਪੱਲੇ ਕੁਝ ਨਹੀਂ ਪਿਆ, ਇਸ ਲਈ ਨਿੰਦਾ ਕਰ ਦਿਓ, ਜਾਂ ਇਸ ਤੋਂ ਅੱਗੇ ਕੁਝ ਦਿਖਦਾ ਪਿਆ? ਸਰ ਮੈਨੂੰ ਤਾਂ ਕੁਛ ਨਜ਼ਰ ਨਹੀਂ ਆ ਰਿਹਾ। ਸਰ ਤੁਸੀਂ ਅਗਰ ਦੇਖਿਆ ਜਾਵੇ ਕਿ ਜਿਹੜਾ ਇਹ ਨੋਟਬੰਦੀ ਜਿਹੜਾ ਹੈਗਾ, ਜਿਸ ਤਰ੍ਹਾਂ ਮੈਂ ਇਹਨਾਂ ਦੀ ਗੱਲਾਂ ਪੂਰਾ ਐਗਰੀ ਕਰਦਾ ਹੈਗਾ ਕਿ ਜਿਹੜਾ ਹੈਗਾ ਨੋਟਬੰਦੀ ਹੈਗਾ ਸ਼ਾਰਟ ਟਰਮ ਫਿਨੋਮੀਨਾ ਹੈਗਾ, ਇਹ ਬੜੇ ਛੋਟੇ ਸਮੇਂ ਵਾਸਤੇ ਸੀਗਾ। ਤੁਸੀਂ ਇਹਦਾ ਇੰਪੈਕਟ ਵੀ ਦੇਖੋ ਨਾ ਕਿ ਜਿਹੜੀ GDP ਡਾਊਨ ਆਈ 2.2% ਆਈ, ਔਰ ਮੈਂ ਤੁਹਾਨੂੰ ਪੂਰਾ ਡਾਟਾ ਦੇ ਦਿੰਦਾ ਹੈਗਾ, ਸ਼ਾਇਦ ਇਹਨਾਂ ਨੇ ਡਾਟਾ ਨੂੰ ਦਿੱਤਾ ਹੈਗਾ। ਤੁਸੀਂ ਦੇਖੋ ਕਿ ਇਨਫੋਰਮਲ ਸੈਕਟਰ ਦੇ ਵਿੱਚ ਉਸ ਟਾਈਮ ਦੇ ਵਿੱਚ ਨੋਟਬੰਦੀ ਦੇ ਦੌਰਾਨ 15 ਲੱਖ ਲੋਕ ਅਨਇੰਪਲੋਇਡ ਹੋਏ, ਠੀਕ ਹੈ, 15 ਲੱਖ ਲੋਕ ਅਨਇੰਪਲੋਇਡ ਹੋਏ ਇਨਫੋਰਮਲ ਸੈਕਟਰ ਦੇ ਵਿੱਚ ਸਰ, ਅੱਛਾ 150+ ਲੋਕਾਂ ਦੀ ਜਾਨਾਂ ਗਈਆਂ ਸਰ, ਠੀਕ ਹੈ ਨਾ ਸਰ। ਅੱਛਾ ਫਿਰ ਜੇ ਕਰੰਸੀ ਦੀ ਗੱਲ ਕਰਦੇ ਹੈਗੇ ਹੈ, ਫੇਕ ਕਰੰਸੀ ਦੀ ਗੱਲ ਕਰਦੇ, ਉਦੋਂ ਅਸੀਂ ਗੱਲ ਕਰਦੇ ਸੀ 35% ਜਿਹੜੀ ਪੈਰਲਲ ਇਕੋਨਮੀ ਜਿਹਨੂੰ ਕਹਿੰਦੇ ਸੀਗੇ ਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿਹਾ ਕਿ ਇਹ ਬਲੈਕ ਹੈਗੀ ਹੈ, ਪਰ ਉਹ ਇੱਕ ਚੀਜ਼ ਨੂੰ ਭੁੱਲ ਗਏ ਸੀ, ਕਿਉਂਕਿ ਮੈਂ ਵਾਕਈ ਇਹ ਗੱਲ ਕਹਾਂਗਾ, ਮੈਂ ਉਹਨਾਂ ਨਾਲ ਵੀ ਐਗਰੀ ਕਰਦਾ, ਕਾਂਗਰਸ ਵਾਲਿਆਂ ਨਾਲ ਵੀ ਐਗਰੀ ਕਰਦਾ ਹੈਗਾ ਕਿ ਉਹਨਾਂ ਨੇ ਹੋਮਵਰਕ ਨਹੀਂ ਕੀਤਾ ਹੋਇਆ ਸੀ ਸਰ। ਜੇ ਅਗਰ ਉਹ ਹੋਮਵਰਕ ਕੀਤਾ ਹੁੰਦਾ ਜਾਂ ਕਿਤੇ ਕੋਈ ਟੀਮ ਨੇ ਹੋਮਵਰਕ ਨਹੀਂ ਕੀਤਾ, ਸਰਕਾਰ ਨੇ ਹੋਮਵਰਕ, ਬਿਲਕੁਲ ਸਰ, ਸਰਕਾਰ ਨੇ ਹੋਮਵਰਕ ਨਹੀਂ ਕੀਤਾ, ਤਾਂ ਹੀ ਇਹ ਟੋਟਲੀ ਫੇਲਿਅਰ ਹੋਇਆ ਸਰ। ਤੁਸੀਂ 50 ਦਿਨ ਦੇਤੇ ਸਰ, 50 ਦਿਨਾਂ ਦੇ ਵਿੱਚ ਲੋਕਾਂ ਨੂੰ ਟਾਈਮ ਮਿਲ ਗਿਆ ਐਡਜਸਟ ਕਰਨ ਦਾ ਪੈਸਾ ਸਰ, ਸਰ ਇਹ ਸਭ ਤੋਂ ਵੱਡਾ ਫੇਲਿਅਰ ਹੈਗਾ ਸਰ। ਸਿਰਫ ਲੋਕਾਂ ਨੂੰ,
सर सारी सरकार नु भी लिया सर पैसा जिन्ने भी बंदे सर लोकी मतलब मैं कर रहा पूरे सिटीजन की गल कर रहा सर ਤੁਸੀਂ ਹੁਣ ਦੇਖੋ ਕਿ ਉਹ ਜਿਹੜਾ ਸ਼ਾਰਟ ਟਰਮ ਜਿਹੜਾ ਲਾਸ ਸੀਗਾ ਸਰ ਉਹ ਕਿੰਨਾ ਅੱਗੇ ਵਧ ਗਿਆ ਸਰ ਇਸ ਟਾਈਮ ਇਕਨੋਮੀ ਨੂੰ ਐਡਾ ਵੱਡਾ ਜਰਕ ਲੱਗਿਆ ਹੋਇਆ ਹੈਗਾ ਇਹ ਕਲੇਮ ਤਾਂ ਕਰ ਰਹੀ ਹੈ ਕਿ ਸਾਡੀ 8% ਜੀਡੀਪੀ ਹੈਗੀ ਪਰ ਸਰ ਇਹ ਸਭ ਚੀਜ਼ਾਂ ਉਸ ਤਰ੍ਹਾਂ ਹੀ ਹੈ ਅਗਰ ਉਹ 8% ਦੀ ਜਿਹੜੀ ਗੱਲ ਵੀ ਕਰਦੇ ਪਏ ਆ ਉਹ ਪਿਛਲੇ ਬੇਸ ਈਅਰ ਨੋਟਬੰਦੀ ਵਾਲੇ ਨੂੰ ਬੇਸ ਈਅਰ ਬਣਾ ਕੇ ਕਰਦੇ ਪਏ ਆ ਕਿਉਂਕਿ ਉੱਥੇ ਆਲਰੇਡੀ ਪਹਿਲਾਂ ਘੱਟ ਸੀਗੀ ਗਰੋਥ ਰੇਟ ਅਤੇ ਉਹਨੂੰ ਬੇਸ ਬਣਾ ਕੇ ਕਰੋਗੇ ਤਾਂ ਡੈਫੀਨੇਟਲੀ ਤੁਹਾਨੂੰ ਜ਼ਿਆਦਾ ਹੀ ਮਿਲੇਗੀ ਤੁਸੀਂ ਮੰਨਦੇ ਹੋ ਕਿ ਫੇਲਰ ਹੈ ਮੈਂ ਸਰ ਮੈਂ ਮੇਰੇ ਇਸ ਲਈ ਜਸ਼ਨ ਮਨਾ ਨਹੀਂ ਚਾਹੀਦੀ ਸਰਕਾਰ ਜਸ਼ਨ ਸਰ ਜਸ਼ਨ ਮਨਾਉਣੇ ਤੁਸੀਂ ਮੈਂ ਤੁਹਾਨੂੰ ਇੱਕ ਬੜਾ ਪ੍ਰੂਫ ਦਿੰਦਾ ਸਰ ਕਿ ਤੁਸੀਂ ਦੇਖੋ ਕਿ ਉਹ 50 ਦਿਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਨੇ ਜਿੰਨੇ ਵੀ ਭਾਸ਼ਣ ਦਿੱਤੇ ਆ ਉਹ ਜੀਐਸਟੀ ਦੀ ਵੀ ਕਿਤੇ 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 ਗੱਲ ਕਰਦੇ ਆ ਪਰ ਨੋਟਬੰਦੀ ਦੀ ਗੱਲ ਕੀਤੀ ਉਹਨਾਂ ਨੇ ਕਿਤੇ ਨਹੀਂ ਕਰਦੇ 15 ਅਗਸਤ ਕਰਾਂਗੇ ਪਰ ਆਪਾਂ ਕਰਾਂਗੇ ਇੱਕ ਛੋਟਾ ਬ੍ਰੇਕ ਲੈ ਲਈਏ ਹਾਂਜੀ ਬ੍ਰੇਕ ਤੋਂ ਵਾਪਸ ਆਵਾਂਗੇ ਨੋਟਬੰਦੀ ਦਾ ਜ਼ਿਕਰ ਆ ਜਿਹੜਾ ਉਹ ਸਰਕਾਰ ਕਿਤੇ ਭੁੱਲਦੀ ਤਾਂ ਨਹੀਂ ਜਾ ਰਹੀ ਜਸ਼ਨ ਮਨਾਉਣਾ ਭੁੱਲ ਕਿਉਂ ਗਏ ਕਿਉਂਕਿ ਨਾਕਾਮੀ ਸਾਹਮਣੇ ਆ ਗਈ ਹੈ ਸਵਾਲ ਇਸੇ ਕਰਕੇ ਪੁੱਛੇ ਜਾ ਰਹੇ ਆ ਕਿ ਇਹ ਸਿਰਫ ਇੱਥੇ ਮੈਂ ਜਿਹੜਾ ਸਵਾਲ ਇਸੇ ਇਸ ਸੈਗਮੈਂਟ ਦੇ ਵਿੱਚ ਪੁੱਛਿਆ ਉਹ ਅਗਲੇ ਸੈਗਮੈਂਟ ਵਿੱਚ ਪੁੱਛੂੰਗਾ ਜ਼ਰੂਰ ਕਿ ਨੋਟਬੰਦੀ ਦਾ ਜਿਹੜਾ ਫਿਊਚਰ ਹੈਗਾ ਉਹ ਫਿਊਚਰ ਦੇ ਵਿੱਚ ਕਿਤੇ ਜਸ਼ਨ ਮਨਾਉਣ ਦਾ ਮੌਕਾ ਤਾਂ ਨਹੀਂ ਮਿਲ ਸਕਦਾ ਫਿਰ ਤੋਂ ਵਾਪਸ ਆ ਕੇ ਸਵਾਲ ਪੁੱਛਾਂਗੇ ਜ਼ਰੂਰ ਨੋਟਬੰਦੀ ਦੇ 2 ਸਾਲ ਪੂਰੇ ਹੋਣ ਦਾ ਜਸ਼ਨ ਕਿਉਂ ਨਹੀਂ ਮਨਾਉਂਦੀ ਕੇਂਦਰ ਸਰਕਾਰ ਰਮੇਸ਼ ਚਾਵਲਾ ਜੀ ਤੁਸੀਂ ਜਸ਼ਨ ਮਨਾਉਂਦੇ ਹੋ ਨਹੀਂ ਕਿਉਂ ਤੁਹਾਡੇ ਲਈ ਤਾਂ ਫੈਸਲਾ ਕੀਤਾ ਸੀਗਾ ਇੰਡਸਟਰੀਜ਼ ਦਾ ਜਿਹੜਾ ਉਹ ਸਰ ਤੁਸੀਂ ਇੰਨੀ ਡਿਕਟੇਟਰਸ਼ਿਪ ਕਿ ਇੱਕ ਪ੍ਰਾਈਮ ਮਿਨਿਸਟਰ ਰਾਤ ਨੂੰ 8 ਵਜੇ ਆ ਕੇ ਕਹਿੰਦਾ ਜੀ ਸਵੇਰੇ ਨੋਟ ਬੰਦ ਜੀਏ 500 ਤੇ 1000 ਦੇ ਤੁਸੀਂ ਕੁਛ ਵੀ ਦੇਖੋ ਅਗਲਾ ਹਰ ਕਿਸੇ ਨੇ ਚਾਹੇ ਕੋਈ ਛੋਟਾ ਬੰਦਾ ਚਾਹੇ ਵੱਡਾ ਉਹਨੇ 500 ਜਾਂ 1000 ਦਾ ਘਰ ਨੋਟ ਰੱਖਿਆ ਹੁੰਦਾ ਛੋਟੇ ਨੋਟ ਉਹਦੇ ਕੋਲ ਹੈ ਹੀ ਨਹੀਂ ਸੀ ਸਵੇਰੇ ਉੱਠੇ ਜੀ ਰਾਤੋਂ ਰਾਤ ਪੈ ਗਿਆ ਸਵੇਰੇ ਕਿਸੇ ਨੂੰ ਦੁੱਧ ਨਹੀਂ ਮਿਲ ਰਿਹਾ ਕਿਸੇ ਨੂੰ ਕੁਛ ਨਹੀਂ ਮਿਲ ਰਿਹਾ ਸਾਡੇ ਵਰਕਰ ਫੈਕਟਰੀਆਂ ਦੇ ਵਿੱਚ ਨਹੀਂ ਆ ਰਹੇ ਹਾਥਾ ਪਾਈ ਪੈ ਗਈ ਵੇਜਸ ਦੇ ਦਿਨ ਸੀ ਅਸੀਂ ਨੋਟ ਲਿਆਂਦੇ ਵੱਡੇ ਨੋਟ ਲਿਆਂਦੇ ਸੀ ਚੈੱਕ ਦਿੱਤੇ ਚੈੱਕ ਨਾ ਲੈਣ ਲੜਕੇ ਜੀ ਉਹ ਕਹਿੰਦੇ ਜੀ ਸਾਨੂੰ ਤਾਂ ਰਾਸ਼ਨ ਵਾਲਾ ਰਾਸ਼ਨ ਨਹੀਂ ਦਿੰਦਾ ਕਿ 10 ਤਰੀਕ ਤੱਕ ਤੁਸੀਂ ਪੈਸੇ ਨਹੀਂ ਦਿੱਤੇ ਸਾਰਾ ਕਰਕੇ ਉਸ ਤੋਂ ਬਾਅਦ ਤਾਂ ਜੀ ਦੇਖੋ ਅੱਜ ਤੱਕ ਉਹਦਾ ਅਸੀਂ ਭੁਗਤ ਰਹੇ ਹਾਂ 3-4 ਮਹੀਨੇ ਕੋਈ ਕੰਮ ਨਹੀਂ ਚੱਲਿਆ ਸਾਰੇ ਵਰਕਰ ਆਪਣੇ ਲਾਈਨਾਂ 'ਚ ਬੈਂਕਾਂ 'ਚ ਲਾਈਨਾਂ 'ਚ ਲੱਗੇ ਰਹੇ ਤੁਸੀਂ ਕਾਂਗਰਸ ਦੇ ਨੇੜੇ ਤਾਂ ਨਹੀਂ ਕਿਤੇ ਨਹੀਂ ਜੀ ਨਹੀਂ ਮੈਂ ਕਾਂਗਰਸ ਦੇ ਨੇੜੇ ਨਹੀਂ ਆ ਪਰ ਵੈਸੇ ਗੱਲ ਕਰਦਾ ਹੈਗਾ ਕਿ ਤੁਸੀਂ ਕਿਤੇ ਵੀ ਪੁੱਛ ਲਓ ਉਸ ਟਾਈਮ ਸਾਰੇ ਇੰਡਸਟਰੀ ਦੀ ਗੱਲ ਕਹਿ ਰਹੇ ਹਾਂਜੀ ਸਾਰੇ ਜੇ ਮੈਂ ਇਹਨੂੰ ਵੰਡ ਕੇ ਦੇਖਾਂ ਵੀ ਛੋਟੇ ਕਾਰੋਬਾਰੀ ਆ ਉਹਨਾਂ ਨੂੰ ਨੁਕਸਾਨ ਹੋਇਆ ਵੱਡੇ ਕਾਰੋਬਾਰੀ ਜਿਹੜੇ ਭ੍ਰਿਸ਼ਟਾਚਾਰ ਕਰਦੇ ਸੀ ਉਹਨਾਂ ਤੇ ਨਕੇਲ ਕੱਸੀ ਗਈ ਕਿ ਨਹੀਂ ਸਰ ਕਿਸੇ ਤੇ ਕੋਈ ਨਕੇਲ ਨਹੀਂ ਕੱਸੀ ਗਈ ਇਹ ਪੋਲੀਟੀਕਲ ਪਾਰਟੀਆਂ ਦੇ ਆਪਣਾ ਪੈਸਾ ਸੀ ਸਭ ਨੇ ਆਪਣਾ ਜਮ੍ਹਾਂ ਕਰਾ ਲਿਆ ਚਾਹੇ ਉਹ ਮਾਇਆਵਤੀ ਸੀ ਚਾਹੇ ਬੀਜੇਪੀ ਸੀ ਚਾਹੇ ਕਾਂਗਰਸ ਸੀ ਇਹਨਾਂ ਦਾ ਪੈਸਾ ਵਾਈਟ ਹੋਇਆ ਬਾਕੀ ਕਿਸੇ ਦਾ ਤਾਂ ਮੈਨੂੰ ਪਤਾ ਨਹੀਂ ਲੱਗਿਆ ਜੀ ਕਿੱਥੋਂ ਨਿਕਲਿਆ ਪੈਸਾ ਸਭ ਨੇ ਆਪਣੇ ਆਪਣੇ ਜੀ ਪਾਰਟੀ ਫੰਡ ਹੈ ਜੀ ਕਰੋੜਾਂ ਰੁਪਏ ਜਮ੍ਹਾਂ ਕਰਾ ਲਏ ਸਾਰਿਆਂ ਨੇ ਉਸ ਤੋਂ ਬਾਅਦ ਦੇਖ ਲਓ ਤੁਸੀਂ ਬੀਜੇਪੀ ਵੀ ਅਮੀਰ ਹੋ ਗਈ ਮਾਇਆਵਤੀ ਜੀ ਵੀ ਅਮੀਰ ਪਾਰਟੀਆਂ ਸਾਰੀਆਂ ਅਮੀਰ ਹੋ ਗਈ ਹਿਮਾਂਸ਼ੂ ਜੀ ਇਹ ਕਹਿੰਦੇ ਅਸੀਂ ਤਾਂ ਗਰੀਬ ਹੋ ਗਏ ਤੇ ਪਾਰਟੀ ਅਮੀਰ ਹੋ ਗਈ ਮੈਂ ਉਹਦੇ ਵਿੱਚ ਇੱਕ ਬੜੀ ਵੱਡੀ ਗੱਲ ਕਹਿਣਾ ਚਾਹੁੰਦਾ ਹੈਗਾ ਸਰ ਤੁਸੀਂ ਮੈਂ ਤਾਂ ਖੈਰ ਡਾਟਾ ਦੇ ਨਾਲ ਕਹੇਗਾ ਪਰ ਅਗਰ ਤੁਸੀਂ ਦੇਖੋ ਸਾਰੀ ਜਿਹੜੀਆਂ ਲਾਈਨਾਂ ਲੱਗੀਆਂ ਦੇਖੀਆਂ ਤੁਸੀਂ ਉਸ ਟਾਈਮ ਦੇ ਵਿੱਚ ਤੁਸੀਂ ਦੇਖੋ ਇੱਕ ਵੀ ਅਮੀਰ ਆਦਮੀ ਨਹੀਂ ਲੱਗਿਆ ਹੋਇਆ ਸੀ ਸਰ ਉਸ ਲਾਈਨ ਦੇ ਵਿੱਚ ਹਮੇ ਜਿਹੜਾ ਲਾਈਨ 'ਚ ਲੱਗਿਆ ਹੋਇਆ ਸੀ ਉਹ ਗਰੀਬ ਆਦਮੀ ਲੱਗਿਆ ਹੋਇਆ ਸੀ ਸਰ ਅਨਇੰਪਲੋਇਮੈਂਟ ਇੰਨੀ ਸਰ ਵੱਧ ਗਈ ਦੇਖੋ ਸਰਕਾਰ ਨੇ ਹਜੇ ਤੱਕ ਨਹੀਂ ਇਹ ਸਾਨੂੰ ਦੱਸਿਆ ਹੈਗਾ ਕਿ ਜਿਹੜੇ 99.3% ਜਿਹੜਾ ਉਹਨਾਂ ਕੋਲ ਪੈਸਾ ਆਇਆ ਉਹਦੀ ਬਾਈਫਰਕੇਸ਼ਨ ਕਿਸ ਤਰ੍ਹਾਂ ਕਿ ਕਿਹੜਾ ਪੈਸਾ ਕਿੱਥੋਂ ਆਇਆ ਕਿ ਫੋਰਨ ਕੰਟਰੀਜ਼ ਤੋਂ ਵੀ ਆ ਗਿਆ ਜਾਂ ਕਿੱਥੋਂ ਹੋਇਆ ਹੈਗਾ ਇਹ ਕਿਸੇ ਵੀ ਚੀਜ਼ ਨੂੰ ਉਹਨਾਂ ਨੇ ਕਲੀਅਰ ਨਹੀਂ ਕੀਤਾ ਹੈਗਾ ਸਰ ਵਜ੍ਹਾ ਸਰ ਵਜ੍ਹਾ ਤਾਂ ਹੁਣ ਸਰਕਾਰ ਤੋਂ ਪੁੱਛੀ ਜਾਵੇ ਕਿਉਂਕਿ ਮਿੱਤਲ ਸਾਹਿਬ ਕੋਲ ਬੈਠੇ ਉਹੀ ਦੱਸ ਸਕਦੇ ਆ ਬੀਜੇਪੀ ਦੇ ਰਿਪ੍ਰੈਜ਼ੈਂਟੇਟਿਵ ਹੈਗੇ ਮਿੱਤਲ ਸਾਹਿਬ ਟ੍ਰਾਂਸਪੇਰੈਂਸੀ ਕਿਉਂ ਨਹੀਂ ਦਿਖੇਗੀ ਇੱਕ ਤਾਂ ਟਾਈਮ ਬਹੁਤ ਲੱਗ ਗਿਆ ਨੋਟ ਗਿੰਨੇ ਬੜੇ ਔਖੇ ਸੀਗੇ ਨੋਟ ਆਏ ਬਹੁਤ ਜ਼ਿਆਦਾ ਇੰਨੀ ਉਮੀਦ ਨਹੀਂ ਹੈਗੀ ਸਰਕਾਰ ਨੂੰ ਦੇਖੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਪਹਿਲੇ ਤਾਂ ਹਿਮਾਂਸ਼ੂ ਜੀ ਨੇ ਵੀ 1-2 ਗੱਲਾਂ ਪੁਆਇੰਟ ਆਊਟ ਕੀਤੀਆਂ ਔਰ ਰਣਜੀਤਾ ਮਹਿਤਾ ਜੀ ਨੇ ਵੀ 2 ਗੱਲਾਂ ਪੁਆਇੰਟ ਆਊਟ ਕੀਤੀਆਂ ਕਿ ਬਲੈਕ ਮਨੀ ਦੇ ਬਾਰੇ 'ਚ ਮੈਂ ਦੱਸਣਾ ਚਾਹੁੰਦਾ ਕਿ RBI ਦੀ ਜਿਹੜੀ ਰਿਪੋਰਟ ਆਈ ਸੀ ਉਹਦੇ 'ਚ ਉਹਨਾਂ ਨੇ ਬੜਾ ਕਲੀਅਰ ਕੀਤਾ ਕਿ 2 ਲੱਖ ਕਰੋੜ ਰੁਪਈਆ ਜਿਹੜਾ ਆਇਆ ਉਹਦੇ ਬਾਰੇ ਦੇ ਵਿੱਚ ਇਨਕੁਆਇਰੀਜ਼ ਚੱਲ ਰਹੀਆਂ ਕਰੀਬ ਕਰੀਬ 1,75,000 ਕਰੋੜ ਦੀ ਜਿਹੜੀ ਸਸਪੀਸ਼ੀਅਸ ਜਮ੍ਹਾਂ ਹੋਏ ਔਰ 18 ਲੱਖ ਲੋਕ ਜਿਹੜੇ ਆਈਡੈਂਟੀਫਾਈ ਹੋਏ ਹੈ ਜਿਨ੍ਹਾਂ ਦੀ ਕਿ ਡਿਪੋਜ਼ਿਟ ਜਿਹੜੀ ਹੈ ਉਹ ਸਸਪੀਸ਼ੀਅਸ ਹੈ ਉਹ ਸ਼ੱਕ ਦੇ ਦਾਇਰੇ 'ਚ ਹੈ ਉਹਨਾਂ ਦੀਆਂ ਇਨਕੁਆਇਰੀਜ਼ ਚੱਲ ਰਹੀਆਂ ਕਿ ਉਹਨਾਂ ਦੇ ਕੋਲ ਜੋ ਓਰਿਜਿਨਲ ਸੋਰਸਿਸ ਦਿਖਾਏ ਹੋਏ ਸੀ ਉਹ ਕੁਛ ਹੋਰ ਸੀ ਔਰ ਡਿਪੋਜ਼ਿਟ ਕੁਛ ਹੋਰ ਸੀਗੇ ਇਸ ਕਰਕੇ ਉਹ ਪੈਸਾ ਕਿੱਥੋਂ ਆਇਆ ਕਿਸ ਤਰੀਕੇ ਨਾਲ ਉਹਨਾਂ ਨੇ ਜਮ੍ਹਾਂ ਕਰਾਇਆ ਉਹਦੀਆਂ ਸਾਰੀਆਂ ਇਨਕੁਆਇਰੀਜ਼ ਤੋਂ ਬਾਅਦ ਉਹ ਸਾਰਾ ਤੁਸੀਂ ਕਹਿ ਰਹੇ ਹੋ ਹਾਂਜੀ 18 ਲੱਖ ਲੋਕ ਤਾਂ ਜਸ਼ਨ ਮਨਾਉਣ ਦਾ ਹੱਕ ਹੈ ਤੁਹਾਨੂੰ ਤੁਸੀਂ ਗੱਲ ਨੂੰ ਪੂਰੀ ਸੁਣੋ RBI ਦੀ ਰਿਪੋਰਟ ਮੈਂ ਆਪਣੇ ਕੋਲੋਂ ਕੁਛ ਨਹੀਂ ਕਹਿ ਰਿਹਾ ਬਹੁਤ ਘੱਟ ਹੁੰਦਾ ਡਿਬੇਟ ਦੇ ਵਿੱਚ ਆਪਾਂ ਗੱਲ ਕਰੀ ਜਸ਼ਨ ਮਨਾਓ RBI ਦੀ ਰਿਪੋਰਟ ਤਾਂ ਇਹ ਵੀ ਕਹਿੰਦੀ ਹੈ ਕਿ 2015-16 ਚ ਜਿੰਨੇ ਜਾਲੀ ਨੋਟ ਫੜੇ ਗਏ ਸੀ ਉਹਦੇ ਨਾਲੋਂ 17-18 ਦੇ ਵਿੱਚ 20.7% ਵਧ ਗਏ ਨਹੀਂ ਤੁਹਾਨੂੰ ਅਰੇ ਤੁਸੀਂ ਰਿਪੋਰਟ ਪੜੋ ਧਿਆਨ ਨਾਲ ਰਿਪੋਰਟ ਦੱਸ ਰਹੀ ਹਾਂ ਮੈਂ 100 ਦੇ ਤੇ 50 ਦੇ ਨੋਟ ਵਿੱਚ 154% ਦਾ ਇਜ਼ਾਫਾ ਮੈਂ
मैं थानू बीबी मैडम मेरा मेरा टाइम दे विच ना बोलो मैं थानू मैनू मैं डाटा ही दे रहा हां मैं आरपीआई ਤੁਹਾਡਾ ਸਵਾਲ ਹੈ ਮੈਂ ਤੁਹਾਡੇ ਟਾਈਮ ਨਹੀਂ ਨਹੀਂ ਰਿਜ਼ਰਵ ਤੁਹਾਡਾ ਤੁਹਾਡਾ ਸਵਾਲ ਹੈ ਮਿੱਤਲ ਸਾਹਿਬ ਉਸ ਸਵਾਲ ਦਾ ਜਵਾਬ ਦੇ ਦਿਓ ਮੈਂ ਤੁਹਾਨੂੰ ਹੀ ਦੱਸਣ ਲੱਗਿਆ ਕਿ ਜਿਹੜੀ ਫੇਕ ਕਰੰਸੀ ਦੀ ਮੈਂ ਗੱਲ ਕੀਤੀ ਸੀ 500 ਹਜ਼ਾਰ ਦਾ ਨੋਟ ਦੀ ਮੈਕਸਿਮਮ ਫੇਕ ਕਰੰਸੀ ਯੂਜ਼ ਹੁੰਦੀ ਸੀ ਉਹਦੇ ਵਿੱਚ ਆਰਬੀਆਈ ਦੀ ਕਲੀਅਰ ਰਿਪੋਰਟ ਹੈ ਕਿ 60% ਜਿਹੜੇ ਵੱਡੇ ਕਰੰਸੀ ਦੇ ਨੋਟ ਹੈ ਉਹਦੇ ਚ ਡਿਕਰੀਜ਼ ਹੋਇਆ ਔਰ ਜਿਹੜੀਆਂ ਕੋਈ ਫੇਕ ਕਰੰਸੀਜ਼ ਵੱਡੀਆਂ ਪਕੜੀਆਂ ਵੀ ਗਈਆਂ ਉਹਦੇ ਚ ਜਿਹੜੇ ਨੋਟ ਹੈ ਉਹ ਜਾਂ ਸਕੈਨਡ ਹੈ ਇੱਕ ਮਿੰਟ ਤੁਸੀਂ ਆਪਣੇ ਕੋਲ ਦੱਸ ਦੇਣਾ ਜੋ ਤੁਸੀਂ ਕਹਿੰਦਾ ਉਹ ਜਾਂ ਸਕੈਨਡ ਹੈ ਜਾਂ ਫੋਟੋ ਕਾਪੀਡ ਹੈ ਲੇਕਿਨ ਫੇਕ ਕਰੰਸੀ ਐਸ ਸੱਚ ਪਬਲਿਸ਼ ਹੋ ਕੇ ਜਿਹੜੀ ਬਾਹਰ ਤੋਂ ਆਉਂਦੀ ਸੀ ਪੱਥਰਬਾਜ਼ੀ ਇੱਕ ਗੱਲ ਤੁਸੀਂ ਇੱਕ ਗੱਲ ਤੁਸੀਂ ਇੱਕ ਗੱਲ ਤੁਸੀਂ ਕਹਿ ਰਹੇ ਹੋ ਉਹ ਬੰਦ ਹੋ ਗਈ ਨਹੀਂ ਮੈਂ ਨਹੀਂ ਕਹਿ ਰਿਹਾ ਨਹੀਂ ਇੱਕ ਆਰਬੀਆਈ ਦੀ ਰਿਪੋਰਟ ਠੀਕ ਹੈ ਠੀਕ ਹੈ ਇੱਕ ਗੱਲ ਤੁਸੀਂ ਹੋਰ ਕਹੀ ਹੈ ਕਿ ਵੱਡੇ ਨੋਟ ਵੱਡੇ ਨੋਟ ਵੱਡੇ ਨੋਟਾਂ ਨਾਲ ਕਰਪਸ਼ਨ ਹੁੰਦੀ ਹੈ ਨਾ ਵੱਡੇ ਨੋਟਾਂ ਨਾਲ ਕਰਪਸ਼ਨ ਹੁੰਦੀ ਹੈ ਨਾ ਇੱਕ ਮਿੰਟ ਜੀ ਤਾਂ ਜਿਹੜੀ ਫੇਕ ਕਰੰਸੀ ਇਸ ਤੋਂ ਬਾਅਦ ਪਕੜੀ ਗਈ ਹੈ ਉਹ ਜਾਂ 100 ਰੁਪਏ ਦੀ ਹੈ ਜਾਂ 50 ਰੁਪਏ ਬਿਲਕੁਲ ਗਲਤ ਬੋਲ ਰਹੇ ਹੋ 2000 ਦੇ 17 ਉਹੀ ਮੈਂ ਤੁਹਾਨੂੰ 929 ਨੋਟ ਫੜੇ ਗਏ ਨੇ ਮੈਡਮ ਜੀ ਤੁਸੀਂ ਮੇਰੀ ਗੱਲ ਸੁਣੀ ਨਹੀਂ 18 ਦੇ ਵਿੱਚ ਤੁਸੀਂ ਸੁਣੀ ਨਹੀਂ ਕਰੋੜ ਦੇ ਨੋਟ ਤਾਂ ਕੱਲੇ 2000 ਦੇ ਪਕੜੇ ਗਏ ਨੇ ਤੁਸੀਂ ਸੁਣੀ ਨਹੀਂ ਸੁਣਦਾ ਰਹੀ ਹਾਂ ਮੈਂ 60% ਡਿਕਰੀਜ਼ ਹੋਇਆ ਹੈ ਮੈਂ 100% ਨਹੀਂ ਕਿਹਾ ਤੁਸੀਂ ਗਲਤ ਆਂਕੜੇ ਦੇ ਰਹੇ ਹੋ ਮੈਂ 60% ਕਿਹਾ ਹੈ ਇੰਨੇ ਡਿਕਰੀਜ਼ ਹੁੰਦੇ ਤੁਸੀਂ ਤੁਸੀਂ ਬਲੈਕ ਮਨੀ ਹੁੰਦੀ ਤਾਂ ਬਾਹਰ ਨਿਕਲਦੀ ਔਰ ਮੈਂ ਵੀ ਨਾਲ ਦੱਸਿਆ ਕਿ ਉਹ ਜਾਂ ਫੋਟੋ ਕਾਪੀਡ ਹੈ ਜਾਂ ਸਕੈਨ ਨੋਟਸ ਹੈ ਉਹ ਕਿਤੇ ਪ੍ਰਿੰਟ ਨਹੀਂ ਹੋਏ ਵੇ ਜਿੱਦਾਂ ਪਹਿਲੇ 500,000 ਦੇ ਨੋਟ ਪ੍ਰਿੰਟ ਹੋ ਕੇ ਆਉਂਦੇ ਸੀ ਉਹਦੇ ਉੱਤੇ ਉਹਦਾ ਭ੍ਰਿਸ਼ਟਾਚਾਰ ਕੱਟ ਗਿਆ ਬਿਲਕੁਲ ਕਿਆ ਕਾਲੇ ਨੋਟ ਫੜੇ ਗਏ ਤੇ ਕਰਦਨ ਬੈਂਕਾਂ 'ਚ ਵਾਪਸ ਆ ਗਿਆ ਬਿਲਕੁਲ ਤੁਸੀਂ ਇਹ ਆਂਕੜੇ ਦੱਸ ਕੇ ਉਹ ਬੈਂਕਾਂ 'ਚ ਜਿਹੜਾ ਡਿਪੋਜ਼ਿਟ ਹੋਇਆ ਉਹਦੀ ਇਨਕੁਆਇਰੀ ਚੱਲ ਰਹੀ ਹੈ ਇਹ ਜਿਹੜਾ ਡਿਪੋਜ਼ਿਟ ਹੋਇਆ ਉਹਦੀ ਇਨਕੁਆਇਰੀ ਚੱਲ ਰਹੀ ਹੈ ਤੁਹਾਨੂੰ ਖਤਰਾ ਕਿਉਂ ਹੈ ਇਨਕੁਆਇਰੀ ਦੀ ਰਿਪੋਰਟ ਆ ਲੈਣ ਦਿਓ ਇਨਕਮ ਟੈਕਸ ਡਿਪਾਰਟਮੈਂਟ ਇਨਕਮ ਟੈਕਸ ਡਿਪਾਰਟਮੈਂਟ ਉਹਦੀ ਇਨਕੁਆਇਰੀ ਕਰ ਰਿਹਾ ਹੈ ਪੱਥਰਬਾਜ਼ ਵੀ ਕੰਟਰੋਲ ਚ ਆ ਗਿਆ ਅੱਜ ਕੋਈ ਇਨਸੀਡੈਂਟ ਨਹੀਂ ਆ ਰਿਹਾ ਬਿਲਕੁਲ ਜੰਮੂ ਕਸ਼ਮੀਰ ਦੇ ਵਿੱਚ ਹੀ ਕਹਿ ਰਿਹਾ ਮੈਂ ਤੁਹਾਨੂੰ ਮੇਰੇ ਕੋਲ ਜੰਮੂ ਕਸ਼ਮੀਰ ਚ ਐਡਾ ਬੜਾ ਇਕਨੋਮੀ ਦਾ ਮੈਸਾ ਇੱਕ ਮਿੰਟ ਮਿੱਤਲ ਸਾਹਿਬ ਮੇਰੇ ਕੋਲ ਬਹੁਤ ਸਾਰੀਆਂ ਗੱਲਾਂ ਮੇਰੇ ਕੋਲ ਸਾਰਾ ਕੰਟਰੋਲ ਆ ਮੇਰੇ ਕੋਲ ਸਾਰਾ ਡਾਟਾ ਪਿਆ ਉਹ ਐਵੇਂ ਡਾਟੇ ਵਿੱਚ ਉਲਝਾਓ ਨਾ ਤੁਸੀਂ ਲੋਕਾਂ ਨੂੰ ਮੇਰੇ ਕੋਲ ਸਾਰਾ ਡਾਟਾ ਪਿਆ ਹੰਸਰਾਜ ਅਹੀਰ ਜੀ ਨੇ ਜੋ ਪਾਰਲੀਮੈਂਟ ਵਿੱਚ ਬੋਲਿਆ ਉਹ ਮੈਂ ਬੋਲੂੰਗਾ ਤੇ ਉਹ ਜਿਵੇਂ ਪਹਿਲਾਂ ਦਰਸ਼ਕਾਂ ਨੂੰ ਸਮਝ ਨਹੀਂ ਆ ਰਿਹਾ ਜਾਂ ਤੁਸੀਂ ਸਮਝਾ ਨਹੀਂ ਦੇ ਉਵੇਂ ਉਹਨਾਂ ਨੂੰ ਹੁਣ ਵੀ ਸਮਝ ਨਹੀਂ ਆਉਣਾ ਦਾ ਹਿਮਾਂਸ਼ੂ ਮਿੱਤਲ ਜੀ ਹਿਮਾਂਸ਼ੂ ਜੀ ਰਾਮਪਾਲ ਜੀ ਮਿੱਤਲ ਸਾਹਿਬ ਹੋ ਗਏ ਸੀ ਨਾਲ ਜੁੜ ਗਏ ਸੀ ਤੁਹਾਡੇ ਮੈਨੂੰ ਲੱਗਿਆ ਸੀ ਮੈਂ ਕਿਹਾ ਸ਼ਾਇਦ ਬੀਜੇਪੀ ਦੀ ਲਾਈਨ ਕੋਈ ਗੱਲ ਕਰੋ ਮੇਰਾ ਸਵਾਲ ਹੈ ਰਾਮਪਾਲ ਜੀ ਕਿ ਸਰਕਾਰ ਨੇ ਕਰੋੜਾਂ ਰੁਪਏ ਖਰਚ ਕਰਤੇ ਨਵੇਂ ਨੋਟ ਛਾਪਣ ਤੇ 22000 ਕਰੋੜ ਸਰ 21000 ਕਰੋੜ ਕੇ 22000 ਕਰੋੜ ਅੱਛਾ 22 ਲਾ ਲਓ ਤੁਸੀਂ ਅੱਛਾ ਤੇ 16000 ਕਰੋੜ ਰੁਪਏ ਬਚਾ ਲਏ ਕੀ ਕੀਤਾ ਮੈਨੂੰ ਸਮਝ ਨਹੀਂ ਆ ਰਹੀ ਮੈਂ ਇਹ ਚੀਜ਼ ਸਮਝਾਉਣੀ ਹੈ ਮੇਰੀ ਗੱਲ ਸੁਣੋ ਸਰ ਅਗਰ 22000 ਤੁਸੀਂ ਅਗਰ ਟੋਟਲ ਐਕਸਪੈਂਡੀਚਰ ਦੇਖਿਆ ਜਾਵੇ 22000 ਕਰੋੜ ਰੁਪਏ ਖਰਚ ਕੀਤਾ ਅਸੀਂ ਇੱਕ ਦਿਨ ਐਸਟੀਮੇਟ ਲਗਾ ਰਹੇ ਸੀਗੇ ਤਕਰੀਬਨ 10 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸਰ 10 ਲੱਖ ਕਰੋੜ ਦਾ ਹਾਂਜੀ ਉਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜਾ ਸਰਕਾਰ ਹਜੇ ਰਿਵੀਲ ਹੀ ਨਹੀਂ ਕਰ ਰਹੀ ਸਰ ਤੁਸੀਂ ਹੁਣ 22000 ਕਰੋੜ ਕਰਕੇ ਔਰ ਖਰਚ ਕਰਕੇ ਤੁਸੀਂ ਜਿਹੜੇ 16000 ਕਰੋੜ ਜਿਹੜੇ ਜਿੰਨੇ ਵੀ ਸੀਗੇ ਤਕਰੀਬਨ 12-13000 ਕਰੋੜ ਜਿਹੜਾ ਸੀ ਜਿਹੜਾ ਵਾਪਸ ਨਹੀਂ ਆਇਆ ਸਰ ਪੈਸਾ ਉਹਦੇ ਪਿੱਛੇ ਤੁਸੀਂ 10 ਲੱਖ ਕਰੋੜ ਦਾ ਨੁਕਸਾਨ ਕਰ ਲਿਆ ਸਰ ਕੀ ਇਹ ਜਾਇਜ਼ ਗੱਲ ਹੈ ਤੁਸੀਂ ਇੱਕ ਆਮ ਆਦਮੀ ਨੂੰ ਵੀ ਸਮਝਾਓਗੇ ਕਿ ਤੂੰ ਬਈ 12 ਰੁਪਏ ਖਰਚ 12 ਰੁਪਏ ਤੇਰੇ ਬਚਾਏ ਹੈ ਪਰ ਤੇਰੇ 10 ਲੱਖ ਦਾ ਨੁਕਸਾਨ ਕਰਤਾ ਹੈਗਾ ਉਹ ਬੰਦਾ ਕੀ ਸੋਚੇਗਾ ਬੰਦਾ ਤਾਂ ਇਹੀ ਸੋਚੇਗਾ ਨਾ ਕਿ ਮੇਰਾ ਨੁਕਸਾਨ ਜ਼ਿਆਦਾ ਹੋਇਆ ਹੈਗਾ ਨੰਬਰ ਤੋਂ ਤਾਂ ਗੱਲ ਇਹ ਹੈ ਕਿ ਜੋ ਸਰ ਗੱਲ ਕਰਦੇ ਪਏ ਹੈਗੇ ਫੇਕ ਕਰੰਸੀ ਦੀ ਗੱਲ ਕਰਦੇ ਪਏ ਆ ਸਰ ਜੋ ਚੀਜ਼ਾਂ ਜੋ ਓਬਜੈਕਟਿਵ ਸੀਗੇ ਉਹਦੇ ਕਿਆ ਨਾਮ ਹੈ ਨੋਟਬੰਦੀ ਦੇ ਜੋ ਓਬਜੈਕਟਿਵ ਸੀਗੇ ਸਰ ਉਹਨਾਂ ਦੇ ਵਿੱਚੋਂ ਇੱਕ ਵੀ ਓਬਜੈਕਟਿਵ ਅਚੀਵ ਨਹੀਂ ਹੋਇਆ ਸਰ ਇਹ ਅਗਰ ਦੇਖਿਆ ਜਾਵੇ ਕਿ ਸਾਨੂੰ ਸਾਰਾ ਪਤਾ ਹੈਗਾ ਕਿ ਫੇਕ ਕਰੰਸੀ ਈਵਨ ਜਦੋਂ ਮੈਂ ਥੋੜਾ ਜਿਹਾ ਐਡ ਆਨ ਕਰਦਾ ਮੈਂ ਹਾਂਜੀ ਸਰ ਪਲੀਜ਼ ਸਰ ਚਿਦੰਬਰਮ ਸਾਹਿਬ ਨੇ ਇੱਕ ਟਵੀਟ ਕੀਤਾ ਸੀ ਉਦੋਂ ਕਿ ਸਾਡੇ ਜਿਹੜੀ ਅਰਥ ਵਿਵਸਥਾ ਹੈਗੀ ਆ ਉਹਦੀ ਗਰੋਥ ਦੇ ਟਰਮ ਵਿੱਚ 1.5% ਦਾ ਨੁਕਸਾਨ ਹੋਇਆ ਬਿਲਕੁਲ ਸਰ ਇੱਕ ਉਹਨਾਂ ਨੇ ਕਿਹਾ ਸੀ ਇੱਕ ਸਾਲ ਵਿੱਚ 2.5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਇਹ ਮੈਨੂੰ ਥੋੜ੍ਹਾ ਜਿਹਾ ਸਮਝਾ ਦਿਓ ਇਹ ਕੀ ਕਹਿਣਾ ਚਾਹ ਰਹੇ ਚਿਦੰਬਰਮ ਸਾਹਿਬ ਸਰ ਤੁਸੀਂ ਦੇਖੋ ਕਿ ਜਦੋਂ ਇੰਨੇ ਬੰਦੇ ਅਨਇੰਪਲੋਇਡ ਹੋਣਗੇ ਤੁਹਾਡੀ GDP ਡਾਊਨ ਆ ਗਈ ਤੁਸੀਂ ਕਰੰਸੀ ਦੇ ਜਦੋਂ ਕਰੰਸੀ ਜਦੋਂ ਤੁਸੀਂ ਇਕਨੋਮੀ 'ਚੋਂ ਖਿੱਚ ਲਈ ਹੈਗੀ ਹੈ ਪੈਸਾ ਸਰਕੂਲੇਸ਼ਨ 'ਚ ਨਹੀਂ ਆਇਆ ਲੋਕ ਐਕਸਪੈਂਡੀਚਰ ਨਹੀਂ ਕਰ ਰਹੇ ਡਿਮਾਂਡ ਨਹੀਂ ਹੋ ਰਹੀ ਅਤੇ ਆਪਣੇ ਆਪ ਇਹ ਚੀਜ਼ਾਂ ਘਟਣਗੀਆਂ ਘਟਣਗੀਆਂ ਔਰ ਇੱਕ ਚੀਜ਼ ਨਹੀਂ ਤੁਸੀਂ ਦੇਖੋ ਨਾ ਪੂਰੇ ਦੀ ਪੂਰਾ ਇੰਡੀਆ ਕਿੱਡਾ ਵੱਡਾ ਕੰਟਰੀ ਹੈ ਸਰ ਉੱਥੇ ਅਸਰ ਹੋਇਆ ਸਾਰਾ ਹੁਣ ਉਹ ਜਦੋਂ ਇਹ ਸਾਰਾ ਅਸਰ ਹੋਏਗਾ ਤਾਂ ਸਰ ਇਹ ਨਜ਼ਰ ਆਏਗਾ ਹੀ ਆਏਗਾ ਸਰ ਨਹੀਂ ਇਹ ਵਿਰੋਧ ਜਾਇਜ਼ ਹੈ ਜੋ ਵਿਰੋਧੀ ਪਾਰਟੀਆਂ ਕਰਦੀਆਂ ਸਰ ਮੈਨੂੰ ਇਹ ਵਿਰੋਧ ਦੇਖੋ ਸਿਆਸੀ ਵਿਰੋਧ ਹੈ ਜਾਂ ਸਹੀ ਮਾਇਨੇ 'ਚ ਵਿਰੋਧ ਹੈ ਹੋਣਾ ਚਾਹੀਦਾ ਮੈਨੂੰ ਦੇਖੋ ਮੇਰਾ ਪਰਸਨਲ ਵਿਊ ਹੈ ਕਿ ਇਹ ਸਹੀ ਮਾਇਨੇ 'ਚ ਵਿਰੋਧ ਹੈਗਾ ਹਾਂ ਸਹੀ ਮਾਇਨੇ 'ਚ ਵਿਰੋਧ ਸਹੀ ਕਿਉਂਕਿ ਸਰ ਤੁਸੀਂ ਦੇਖੋ ਨਾ ਜਦੋਂ ਜਿੰਨੇ 15-15 ਲੱਖ ਲੋਕੀ ਅਨਇੰਪਲੋਇਡ ਹੋਏ ਆ ਜਾਂ 150 ਲੋਕੀ ਜਿਹੜੇ ਮਰੇ ਆ ਤੁਸੀਂ ਮੈਨੂੰ ਦੱਸੋ ਕਿਸੇ ਵੀ ਸਰਕਾਰ ਨੇ ਆ ਕੇ ਚਾਹੇ ਕਿਸੇ ਵੀ ਮਰੇ ਹੋਣ ਬੰਦੇ ਕਿਸੇ ਨੇ ਸ਼ਹੀਦ ਕਿਹਾ ਇਹਨਾਂ ਬੰਦਿਆਂ ਨੂੰ ਆ ਕੇ
ਜਦੋਂ ਬੰਦੇ ਮਰੇ ਹੈਗੇ ਕਿਸੇ ਨੂੰ ਜਾ ਕੇ ਕਿਸੇ ਵੀ ਭਗਤ ਸਿੰਘ ਵੀ ਹੈ ਨਹੀਂ ਇੱਥੇ ਮਾਫ਼ ਨਹੀਂ ਸਰ ਮੈਂ ਤੁਹਾਡੀ ਗੱਲ ਸਹੀ ਹੈ ਕਿ ਸਰ ਜਿਹੜੇ 150 ਬੰਦੇ ਮਰੇ ਆ ਕਿਸੇ ਨੇ ਵੀ ਕੁਛ ਅਨਾਊਂਸ ਕੀਤਾ ਕਿ ਉਹਨਾਂ ਲੋਕਾਂ ਵਾਸਤੇ ਸਰਕਾਰ ਨੇ ਪੁੱਛਿਆ ਤੱਕ ਨਹੀਂ ਵੀ ਹਾਂ ਵੀ ਉਹ 1,500,000 ਲੋਕਾਂ ਦਾ ਕੀ ਹੋਇਆ ਸਰਕਾਰ ਡਾਟਾ ਦੇਣ ਨੂੰ ਤਿਆਰ ਨਹੀਂ ਹੈਗੀ ਸਾਨੂੰ ਕਿ ਹਾਂ ਵੀ ਕੀ ਹੋਇਆ ਐਕਚੁਅਲ ਦੇ ਵਿੱਚ ਉਸ ਟਾਈਮ ਦੇ ਵਿੱਚ ਠੀਕ ਹੈ ਰਮੇਸ਼ ਚਾਵਲਾ ਜੀ ਇੰਡਸਟਰੀ ਆ ਜਿਹੜੀ ਉਹ ਇੰਡਸਟਰੀ ਤਾਂ ਪਹਿਲਾਂ ਹੀ ਬੜੀ ਮਾਰ ਪੈ ਰਹੀ ਹੈ ਤੁਸੀਂ ਪੰਜਾਬ ਦੇ ਪ੍ਰੋਸਪੈਕਟਿਵ ਨਾਲ ਗੱਲ ਕਰੋ ਤੁਸੀਂ ਪੂਰੇ ਦੇਸ਼ ਦੇ ਪ੍ਰੋਸਪੈਕਟਿਵ ਨਾਲ ਗੱਲ ਕਰੋ ਇੰਡਸਟਰੀ ਦੇ ਵਿੱਚ ਗਰੋਥ ਬਿਲਕੁਲ ਨਹੀਂ ਹੋਈ ਨਹੀਂ ਸਮਾਲ ਸਕੇਲ ਤਾਂ ਬਿਲਕੁਲ ਖਤਮ ਹੁੰਦਾ ਜਾ ਰਿਹਾ ਪਹਿਲਾਂ ਇਹਨਾਂ ਨੇ ਨੋਟਬੰਦੀ ਉਹ 5-6 ਮਹੀਨੇ ਨੋਟਬੰਦੀ ਤੋਂ ਨਹੀਂ ਉੱਭਰੇ ਸੀ ਉਸ ਤੋਂ ਬਾਅਦ GST ਦੇ ਵਿੱਚ ਇੰਪਲੀਮੈਂਟ ਕਰਨ ਦਾ ਤਰੀਕਾ ਹੀ ਗਲਤ ਸੀ ਇੰਨਾ ਟੈਕਸ ਲਾ ਤਾ 6 ਮਹੀਨੇ ਪਤਾ ਹੀ ਨਹੀਂ ਚੱਲਿਆ ਇੱਕ ਮਹੀਨਾ ਪਹਿਲਾਂ ਸਭ ਨੇ ਪ੍ਰੋਡਕਸ਼ਨਾਂ ਬੰਦ ਕਰਤੀਆਂ ਮਾਲ ਆਉਣੇ ਬੰਦ ਹੋ ਗਏ ਕਿ ਜੀ ਪਤਾ ਨਹੀਂ ਕਿਸ ਤਰ੍ਹਾਂ ਬਿੱਲ ਕੱਟਣਾ ਹੈ ਕਿਆ ਕੱਟਣਾ ਜੀ ਇੰਨਾ ਕਟਰਾਤਾ ਜੇ ਕੋਈ ਗਲਤ ਕਰੇਗਾ ਇਹ ਕਰੇਗਾ ਕਿਸੇ ਨੂੰ ਆਪ ਖੁਦ ਸਰਕਾਰ ਨੂੰ ਵੀ ਨਹੀਂ ਸੀ ਪਤਾ ਕਿ ਇਹਦੇ ਵਿੱਚ ਕਿਸ ਤਰ੍ਹਾਂ ਰਿਟਰਨ ਭਰਨੀ ਕਿਸ ਤਰ੍ਹਾਂ ਕੀ ਕਰਨਾ ਜਿਹੜਾ ਕਿ ਅੱਜ ਤੱਕ ਹੁਣ ਜਾ ਕੇ ਥੋੜ੍ਹਾ ਬਹੁਤ ਸਮੂਥ ਹੋਇਆ ਜਿਹੜਾ ਕਰਕੇ ਹੈ ਪਰ ਉਸ ਤੋਂ ਬਾਅਦ ਉਹ ਕਰਕੇ ਪੱਠਾ ਕੰਮਾਂ ਦਾ ਬਿਲਕੁਲ ਹੀ ਪੱਠਾ ਬੈਠ ਗਿਆ ਮੈਂ ਨਾ ਤੁਸੀਂ ਸਾਡੇ ਕੋਲ ਰਿਪੋਰਟਸ ਆਈਆਂ ਕਈ ਰਮੇਸ਼ ਚਾਵਲਾ ਜੀ ਮੈਂ ਉਹਨਾਂ ਦੀ ਗੱਲ ਕਰੂੰਗਾ ਜਿਹੜੇ ਇੰਡਸਟਰੀਸਟ ਹੈਗੇ ਉਹ ਸਾਰੇ ਇਹ ਗੱਲ ਕਹਿੰਦੇ ਵੀ GST ਅਤੇ ਡੀਮੋਨਟਾਈਜੇਸ਼ਨ ਨੇ ਸਾਨੂੰ ਮਾਰਤਾ ਅਤੇ ਉਹ ਕਹਿੰਦੇ ਅਸੀਂ ਦੀਵਾਲੀ ਵੀ ਨਹੀਂ ਚੰਗੀ ਤਰ੍ਹਾਂ ਮਨਾ ਪਾ ਰਹੇ ਗੇ ਉਹ ਅਸਰ ਹਜੇ ਵੀ ਦਿਖਦਾ ਪਿਆ ਹਜੇ ਵੀ ਹੈ ਜੀ ਤੁਸੀਂ ਇਸ ਸਾਲ ਹੀ ਦੇਖ ਲਓ ਮਾਰਕੀਟਾਂ ਦੇ ਵਿੱਚ ਜਾ ਕੇ ਦੇਖ ਲਓ ਹੋਰ ਕਿਤੇ ਗੱਲ ਕਰਕੇ ਦੇਖ ਲਓ ਕੋਈ ਨਹੀਂ ਹੈ ਕੋਈ ਰਸ਼ ਨਹੀਂ ਹੈ ਕੋਈ ਕੁਛ ਨਹੀਂ ਹੈ ਪੈਸਾ ਲੋਕਾਂ ਕੋਲੋਂ ਖਤਮ ਹੋ ਗਿਆ ਪਤਾ ਨਹੀਂ ਕੀ ਗੱਲ ਹੈ ਸਭ ਗੈਬ ਹੋ ਗਿਆ ਉਹ ਜਿਹੜਾ ਲੋਸ ਹੈ ਨਾ ਜੀ ਜਿਹੜਾ ਉਸ ਸਾਲ ਦਾ ਲੋਸ ਹੈ ਉਹ ਰਿਕਵਰ ਨਹੀਂ ਹੋ ਰਿਹਾ ਕੰਪੀਟੀਸ਼ਨ ਬਹੁਤ ਹੋ ਗਿਆ ਹੁਣ ਕੀ ਹੈ ਕਿ ਬਿਜ਼ਨਸ ਜਿਹੜਾ ਹੈ ਥੋੜ੍ਹਾ ਜਿਹਾ ਵੱਡੇ ਘਰਾਣਿਆਂ ਕੋਲ ਜਾ ਰਿਹਾ ਛੋਟਾ ਕੋਈ ਦੁਕਾਨਦਾਰ ਹੈ ਚਾਹੇ ਛੋਟਾ ਕੋਈ ਸਨਅਤਕਾਰ ਹੈ ਚਾਹੇ ਕੋਈ ਛੋਟਾ ਜਿਹੜਾ ਵੀ ਹੈ ਉਹ ਮਰ ਰਿਹਾ ਇਹ ਨਹੀਂ ਮੈਂ ਕਹਿ ਰਿਹਾ ਕਿ ਇੱਕ ਸਟੇਟ 'ਚ ਹੈ ਜਾਂ ਦੂਸਰੀ ਸਟੇਟ 'ਚ ਹੈ ਹਰ ਸਟੇਟ 'ਚ ਹੈ ਚਾਹੇ ਉੱਥੇ BJP ਦੀ ਗੌਰਮੈਂਟ ਹੈ ਚਾਹੇ ਕਾਂਗਰਸ ਦੀ ਗੌਰਮੈਂਟ ਹੈ ਉਹ ਉਸ ਤੋਂ ਬਾਅਦ ਕੋਈ ਕੰਮ ਠੀਕ ਨਹੀਂ ਆ ਚਲੋ ਇੱਕ ਹੋਰ ਛੋਟਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਵਾਂਗੇ ਜਿਹੜੇ ATM ਜਾਂ ਬੈਂਕਾਂ ਦੇ ਬਾਹਰ ਲਾਈਨਾਂ 'ਤੇ ਲੱਗੇ ਸੀਗੇ ਹੁਣ ਇਹ ਚਰਚਾ ਚੱਲਦੀ ਵੀ ਹੈਗੀ ਹੈ ਕਿ ਉਹ ਆਪਦੇ ਲਈ ਨਹੀਂ ਲੱਗੇ ਸੀਗੇ ਉਹ ਕਾਲਾ ਧਨ ਜਿਹੜਾ ਸਫੈਦ ਕਰ ਰਿਹਾ ਉਹਨਾਂ ਦੇ ਏਜੰਟ ਬਣ ਕੇ ਉੱਥੇ ਖੜ੍ਹੇ ਸੀਗੇ ਇਹੋ ਜਿਹੀ ਚਰਚਾ ਵੀ ਚੱਲ ਰਹੀ ਇਹੋ ਜਿਹੀ ਚਰਚਾ ਕਿਉਂ ਚੱਲ ਰਹੀ ਹੈ ਜਿਹੜਾ ਆਮ ਆਦਮੀ ਉੱਥੇ ਖੜ੍ਹਾ ਸੀਗਾ ਉਸ ਨੂੰ ਉਸਦਾ ਏਜੰਟ ਕਿਉਂ ਦੱਸਿਆ ਜਾ ਰਿਹਾ ਇਸ ਦੇ ਪਿੱਛੇ ਕੀ ਹੈਗਾ ਗਰਾਊਂਡ ਕੀ ਹੈਗਾ ਬ੍ਰੇਕ ਤੋਂ ਵਾਪਸ ਆ ਕੇ ਸਵਾਲ ਪੁੱਛਣਾ ਜ਼ਰੂਰ ਹੈ